ਇੱਥੇ ਮੁਸਲਿਮ ਕਮਿਊਨਿਟੀ ਦੇ ਜਿਹੜੇ ਸਾਡੇ ਪੜੋਸੀ ਰਹਿੰਦੇ ਨੇ, 24 ਤਰੀਕ ਨੂੰ ਜਦੋਂ ਇਹ ਮਾਹੌਲ ਤਣਾਅ ਦਾ ਹੋਇਆ, ਰਸਤੇ ਰੋਕੇ ਹੋਏ ਸੀ, ਇਹਨਾਂ ਨੂੰ ਇਹ ਵੀ ਘਬਰਾਹਟ ਸੀ ਕਿ ਰਸਤੇ ਵਿੱਚ ਸਾਨੂੰ ਰੋਕ ਕੇ ਜਾਣ ਦਾ ਵੀ ਨੁਕਸਾਨ ਹੋ ਸਕਦਾ। ਉੱਥੇ ਮੈਂ ਔਰ ਮੇਰੇ ਬੇਟੇ ਇੰਦਰਜੀਤ ਨੇ ਬਾਈਕ 'ਤੇ ਔਰ ਸਕੂਟੀ ਦੇ ਲਗਭਗ 70 ਦੇ ਕਰੀਬ ਇੱਥੋਂ ਮਸਜਿਦ ਵਿੱਚੋਂ ਔਰ ਮੇਰੀ ਗਲੀ 'ਚੋਂ ਮੁਸਲਿਮ ਕਮਿਊਨਿਟੀ ਦੇ ਬੱਚੇ ਬੀਬੀਆਂ ਔਰ ਇੱਥੇ ਕਾਫੀ ਜੇ ਮਸਜਿਦ ਵਿੱਚ ਹੋਰ ਲੋਕ ਸੀ, ਅਸੀਂ ਕਾਫੀ ਚੱਕਰ ਲਗਾ ਕੇ ਨੇੜੇ ਦੀ ਕਲੋਨੀ ਜਿੱਥੇ ਮੁਸਲਿਮ ਕਮਿਊਨਿਟੀ ਜ਼ਿਆਦਾ ਰਹਿੰਦੀ ਹੈ ਕਰਦਮਪੁਰੀ, ਉੱਥੇ ਅਸੀਂ ਆਪ ਉਹਨਾਂ ਨੂੰ ਚੱਕਰ ਲਗਾ ਕੇ ਸ਼ਿਫਟ ਕੀਤਾ ਤਾਂ ਕਿ ਘੱਟੋ ਘੱਟ ਉਹਨਾਂ ਦੀ ਜਾਨ ਬਚ ਸਕੇ। ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਅਸੀਂ ਆਪ ਇਹਦੀ ਅੱਗ ਬੁਝਾਈ ਹੈ। 18 ਗੈਸ ਸਿਲੰਡਰ ਅਸੀਂ ਇਸ ਮਕਾਨ ਚੋਂ ਕੱਢੇ ਆ। ਸਤਿ ਸ਼੍ਰੀ ਅਕਾਲ ਜੀ, ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਕਮਲਜੀਤ ਕੌਰ ਥਿੰਦ ਤੇ ਲੈ ਕੇ ਹਾਜ਼ਰ ਹੋਈ ਹਾਂ ਤੁਹਾਡੇ ਲਈ ਖਾਸ ਰਿਪੋਰਟ। ਦਿੱਲੀ ਦੇ ਵਿੱਚ ਹੋਈ ਹਿੰਸਾ ਨੇ ਜਿੱਥੇ ਕਈ ਲੋਕਾਂ ਦੀਆਂ ਜਾਨਾਂ ਲਈਆਂ ਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ, ਉੱਥੇ ਹੀ ਕੁਝ ਲੋਕ ਫਰਿਸ਼ਤੇ ਬਣ ਕੇ ਆਏ। ਗੋਕਲਪੁਰੀ ਮਾਰਕੀਟ ਦੇ ਵਿੱਚ 24 ਫਰਵਰੀ ਨੂੰ ਮੋਹਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਨੇ 70 ਤੋਂ 80 ਮੁਸਲਮਾਨਾਂ ਦੀ ਇਹਨਾਂ ਦੰਗਿਆਂ ਤੋਂ ਜਾਨ ਬਚਾਈ। ਇਹਨਾਂ ਲੋਕਾਂ ਦੀ ਉਹਨਾਂ ਨੇ ਜਾਨ ਤਾਂ ਬਚਾਈ, ਸਗੋਂ ਮਾਰਕੀਟ ਦੇ ਵਿੱਚ ਇੱਕ ਵੱਡਾ ਧਮਾਕਾ ਹੋਣ ਤੋਂ ਵੀ ਉਹਨਾਂ ਨੇ ਬਚਾਇਆ। ਉਹਨਾਂ ਨੇ ਦੱਸਿਆ ਕਿ ਉੱਥੇ ਨਜ਼ਦੀਕ ਇੱਕ ਰੈਸਟੋਰੈਂਟ ਸੀ ਜਿੱਥੇ 18 ਦੇ ਕਰੀਬ ਸਿਲੰਡਰ ਪਏ ਹੋਏ ਸੀ। ਦੰਗਾਕਾਰੀਆਂ ਦੀ ਜਦੋਂ ਉਹਨਾਂ 'ਤੇ ਅੱਖ ਗਈ ਤਾਂ ਉਹਨਾਂ ਨੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ, ਮੋਹਿੰਦਰ ਸਿੰਘ ਨੇ ਆਪਣੇ ਬੇਟੇ ਅਤੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਉਹਨਾਂ ਸਿਲੰਡਰਾਂ ਨੂੰ ਉੱਥੋਂ ਬਾਹਰ ਕੱਢਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ। ਅਕਾਲ ਚੈਨਲ ਵੱਲੋਂ ਇਹਨਾਂ ਸਿੱਖਾਂ ਦੀ, ਇਹਨਾਂ ਸਰਦਾਰਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਜਾਂਦਾ ਹੈ ਅਤੇ ਇਸ ਬਹਾਦਰ ਸਰਦਾਰ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਦਿੱਲੀ ਤੋਂ ਸਹਿਯੋਗੀ ਗੁਰਪ੍ਰੀਤ ਸਿੰਘ ਨੇ। ਆਓ ਪਾਉਂਦੇ ਹਾਂ ਇਸ 'ਤੇ ਇੱਕ ਨਜ਼ਰ। ਇੱਥੇ ਇੱਕ ਸਿੰਘ ਸਾਹਿਬ ਜਿਹੜੇ ਇੱਥੇ ਮੌਜੂਦ ਨੇ, ਜੋ ਇਸ ਸਰਦਾਰ ਮਹਿੰਦਰ ਸਿੰਘ ਜੀ ਔਰ ਇਸ ਜੋ ਮਾਰਕੀਟ ਦੇ ਗੋਕਲਪੁਰੀ ਮੇਨ ਮਾਰਕੀਟ ਦੇ ਉਹ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਨਾਲ ਜੁੜਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਬਿਲਕੁਲ ਹੈ, ਜੋ ਸਾਰਾ ਡਿਸਟਰਕਸ਼ਨ ਹੋਇਆ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿ, ਪਰ ਥੋੜ੍ਹਾ ਜਿਹਾ ਆਪਾਂ ਜਾਣਨਾ ਚਾਹਾਂਗੇ ਕਿ ਅੱਜ ਜਿਹੜੀ ਹੈਗੀ ਹੈ ਦੁਕਾਨਾਂ ਵੀ ਮੈਂ ਦੇਖ ਰਿਹਾ ਕਿ ਤੁਸੀਂ ਕੁਛ ਖੁੱਲੀਆਂ, ਕਿ ਇਸ ਤੋਂ ਪਹਿਲੇ ਵੀ ਦੁਕਾਨਾਂ ਖੁੱਲੀਆਂ ਸੀ ਕਿ ਨਹੀਂ? ਇੱਥੇ ਦੇ ਤਕਰੀਬਨ 3 ਦਿਨ ਤੋਂ ਸਾਰੀ ਮਾਰਕੀਟ ਬੰਦ ਹੈ। ਜਿਸ ਦਿਨ ਤੋਂ ਇੱਥੇ ਮਾਹੌਲ ਤਣਾਅਪੂਰਨ ਹੋ ਗਿਆ ਸੀ ਉਸ ਦਿਨ ਤੋਂ ਮਾਰਕੀਟ ਬੰਦ ਸੀ, ਔਰ 3 ਦਿਨ ਤੋਂ ਇੱਥੇ ਦੁਕਾਨਦਾਰਾਂ ਦੀ ਔਰ ਇੱਥੇ ਦੇ ਨਿਵਾਸੀਆਂ ਦੀ, ਇੱਥੇ ਦੇ ਪ੍ਰਸ਼ਾਸਨ ਤੋਂ ਇਹ ਮੰਗ ਰਹੀ ਹੈ ਕਿ ਸਾਨੂੰ ਇੱਥੇ ਫੋਰਸ ਦਿੱਤੀ ਜਾਏ। ਫੋਰਸ ਨਾ ਮਿਲਣ ਕਰਕੇ ਇੱਥੇ 3 ਦਿਨ ਲਗਾਤਾਰ ਮਾਰਕੀਟ ਬਿਲਕੁਲ ਬੰਦ ਰਹੀ ਹੈ, ਔਰ ਅੱਜ ਇੱਥੇ ਪੈਰਾਮਿਲਟਰੀ ਫੋਰਸ ਆਉਣ ਤੋਂ ਬਾਅਦ ਵਿੱਚ ਮਾਰਕੀਟ ਲਗਭਗ 5% ਦੁਕਾਨਾਂ ਖੁੱਲੀਆਂ, ਔਰ ਕੁਛ ਅਫਵਾਹਾਂ ਜੇ ਚੱਲਦੇ ਉਹ ਵੀ ਤਕਰੀਬਨ ਹੁਣ ਬੰਦ ਹੋਣੀਆਂ ਫਿਰ ਦੁਬਾਰਾ ਸ਼ੁਰੂ ਹੋ ਗਈਆਂ ਨੇ, ਤੇ ਕੁੱਲ ਮਿਲਾ ਕੇ ਲਗਭਗ 4 ਦਿਨਾਂ ਤੋਂ ਇੱਥੇ ਮਾਰਕੀਟ ਤਕਰੀਬਨ ਸਾਰੀ ਬੰਦ ਹੈ। ਆਪਾਂ ਦੇਖ ਰਹੇ ਕਿ ਦੁਕਾਨ 'ਚ ਤਾਂ ਅਸੀਂ ਤੁਹਾਡੀ ਜ਼ਰੂਰ ਆਏ ਹੈਗੇ, ਪਰ ਸਮਾਨ ਸਾਨੂੰ ਇੱਥੇ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਜਿਹੜੇ ਸਾਰੇ ਰੈਕਸ ਜਿਹੜੇ ਆ ਸਾਰਾ ਸਮਾਨ ਹੈ ਖਾਲੀ ਪਿਆ, ਕੀ ਕਾਰਨ? ਜਦੋਂ ਇੱਥੇ ਮਾਹੌਲ ਤਣਾਅਪੂਰਨ ਹੋਇਆ, ਤਣਾਅ ਨੂੰ ਦੇਖਦੇ ਹੋਇਆਂ, ਬੇਸ਼ੱਕ ਅਸੀਂ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੇ ਹਾਂ ਔਰ ਮੈਂ ਇੱਥੇ ਦਾ ਮਾਰਕੀਟ ਦਾ ਪ੍ਰੈਜ਼ੀਡੈਂਟ ਵੀ ਹਾਂ, ਪਰ ਇੱਥੇ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਇੱਥੇ ਲੁੱਟਮਾਰ ਜ਼ਿਆਦਾ ਚੱਲ ਹੋਈ ਹੈ। ਉਹ ਲੁੱਟਮਾਰ ਦੀ ਆਸ਼ੰਕਾ ਨੂੰ ਦੇਖਦੇ ਹੋਏ ਅਸੀਂ ਵੀ ਇੱਥੋਂ ਆਪਣਾ ਮਾਲ ਇੱਥੋਂ ਸ਼ਿਫਟ ਕਰ ਲਿਆ ਕਿ ਕੋਈ ਐਸੀ ਅਨਭਾਗੀ ਘਟਨਾ ਘਟੇ। ਚਲੋ, ਹਦਾਇਤਾਂ ਦੇ ਚੱਲਦੇ ਆਪਾਂ ਚਾਹਾਂਗੇ ਥੋੜ੍ਹਾ ਜਿਹਾ ਆਪਾਂ ਥੋੜ੍ਹਾ ਮਾਰਕੀਟ ਦਾ, ਕਿਉਂਕਿ ਮਾਰਕੀਟ ਦੇ ਤੁਸੀਂ ਸਿੰਘ ਸਾਹਿਬ ਦੱਸ ਰਹੇ ਕਿ ਪ੍ਰਧਾਨ ਵੀ ਨੇ ਔਰ ਥੋੜ੍ਹਾ ਜਿਹਾ ਇੱਧਰ ਦੇ ਇਲਾਕੇ ਦਾ ਥੋੜ੍ਹਾ ਇੱਕ ਮੁਆਇਨਾ ਕਰਕੇ ਆ ਰਹੇ ਹਾਂ। ਚਾਹਾਂਗੇ ਸਿੰਘ ਸਾਹਿਬ ਥੋੜ੍ਹਾ ਜਿਹਾ ਹੁਣ ਸਾਨੂੰ ਥੋੜ੍ਹਾ ਜਿਹਾ ਕੀ ਮਾਹੌਲ ਸੀਗਾ, ਕੀ ਇੱਧਰ ਦਾ ਆਲਮ ਸੀਗਾ, ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਜਾਵੇ ਤੁਰਦੇ ਤੁਰਦੇ, ਔਰ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਥੋੜ੍ਹਾ ਜਾਣ ਦੀ ਕੋਸ਼ਿਸ਼ ਕਰਾਂਗੇ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਹੋਇਆ ਸੀਗਾ? ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਟਰੰਪ ਇੱਥੇ ਆਏ ਸੀਗੇ, ਉਸ ਦਿਨ ਇੱਥੇ ਮਾਹੌਲ ਉਸੇ ਦਿਨ ਤੋਂ ਇੱਕ ਇੱਥੇ ਖਰਾਬ ਹੋ ਚੁੱਕਿਆ ਸੀਗਾ। ਇੱਥੇ ਮੁਸਲਿਮ ਕਮਿਊਨਿਟੀ ਦੇ ਜਿਹੜੇ ਸਾਡੇ ਪੜੋਸੀ ਰਹਿੰਦੇ ਨੇ, 24 ਤਰੀਕ ਨੂੰ ਜਦੋਂ ਇਹ ਮਾਹੌਲ ਤਣਾਅ ਦਾ ਹੋਇਆ, ਮਸਜਿਦ ਵਿੱਚ ਤਕਰੀਬਨ 100 ਕੁ ਮੁਸਲਿਮ ਕਮਿਊਨਿਟੀ ਦੇ ਇੱਥੇ ਲੋਕ ਇਕੱਠੇ ਸਨ, ਔਰ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਇੱਥੋਂ ਤਣਾਅ ਦੇ ਦੇਖਦੇ ਹੋਏ ਇੱਥੋਂ ਸ਼ਿਫਟ ਕਰਨਾ ਚਾਹੁੰਦੇ ਨੇ, ਅਸੀਂ ਪਹਿਲਾਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਇੱਥੋਂ ਨਾ ਜਾਓ, ਪਰ ਉਹਨਾਂ ਦੇ ਇਰਾਦੇ ਪੱਕੇ ਸੀ ਇੱਥੋਂ ਖਤਰੇ ਨੂੰ ਦੇਖਦਿਆਂ ਹੋਇਆਂ। ਫਿਰ ਇੱਥੇ ਰਸਤੇ ਦੇ ਵਿੱਚ ਇਹਨਾਂ ਨੇ ਕੁਛ ਨੌਨ ਮੁਸਲਿਮ ਕਮਿਊਨਿਟੀ ਨੇ ਰਸਤੇ ਰੋਕੇ ਹੋਏ ਸੀ, ਇਹਨਾਂ ਨੂੰ ਇਹ ਵੀ ਘਬਰਾਹਟ ਸੀ ਕਿ ਰਸਤੇ ਵਿੱਚ ਸਾਨੂੰ ਰੋਕ ਕੇ ਜਾਣ ਦਾ ਵੀ ਨੁਕਸਾਨ ਹੋ ਸਕਦਾ। ਉੱਥੇ ਮੈਂ ਔਰ ਮੇਰੇ ਬੇਟੇ ਇੰਦਰਜੀਤ ਨੇ ਬਾਈਕ 'ਤੇ ਔਰ ਸਕੂਟੀ ਦੇ ਲਗਭਗ 70 ਦੇ ਕਰੀਬ ਇੱਥੋਂ ਮਸਜਿਦ ਵਿੱਚੋਂ ਔਰ ਮੇਰੀ ਗਲੀ 'ਚੋਂ ਮੁਸਲਿਮ ਕਮਿਊਨਿਟੀ ਦੇ ਬੱਚੇ ਬੀਬੀਆਂ
और इत्थे काफ़ी जो मस्जिद विच होर लोग सी असी काफ़ी चक्कर लगा के नेड़े दी कलोनी जिथे मुस्लिम कम्यूनिटी ज़्यादा रहिंदी है करदमपुरी उत्थे असी आप उन्होंने चक्कर लगा के शिफ्ट किया ताकि घट्टो घट्ट उन्हां दी जान बच सके और इत्थे इन्ना इत्थे मस्जिद दे विच हादसा होने तो बाद इत्थे इन्ना तनाव हो गया कि ना सिर्फ मुस्लिम कम्यूनिटी हिंदू कम्यूनिटी के लोग भी इत्थों दहशत करके अपनी गलियां तो छड़ के अपने रिश्तेदारों के घर चल गए पूरी गली साड़ी इत्थे सुनसान हो चुकी है लोग अपने अपने घरों तो ताले लगा के इत्थों शिफ्ट कर गए हैं लगभग हुण इत्थे जिन्हें भी मुस्लिम लोग सीगे इत्थों सारे इत्थों जा चुके और उन्हां दी जिन्नी भी प्रॉपर्टी और दुकानां ने वह सारे नूं इत्थे लोगों ने लुट खुट के और उत्थे सारे नूं अग अगजनी हवाले किया सब नूं इत्थे तबाह कर दिता गया रेस्टोरेंट भी आपां देख रहे हैं कि भाई एक रेस्टोरेंट भी सारा जिहड़ा हैगा तबाह किया गया इहदे विच अग लगा दी गई असी उस टाइम फायर ब्रिगेड नूं फोन किया फायर ब्रिगेड काफ़ी लेट आई सानूं पता लगा कि इस मकान दे विच लगभग काफ़ी गैस सिलेंडर मौजूद सन सो असी सामने साढ़े इत्थे कम्युनिटी सेंटर है उत्थों समर असी पंप यूज करके FI 5 फायर ब्रिगेड दे आउण तों पहलां असी आप इहदी अग बुझाई है और वो इस करके सानू करना पिया कि सानू पता सीगा इसके अंदर गैस सिलेंडर लगभग 18 गैस सिलेंडर असी इस मकान चो कढ़े आ जे रब दा ना करदा जे उहनू गैस सिलेंडर ब्लास्ट हो जांदे लगभग सारी मार्केट तबाह हो जाणी सी सो असी रेस्टोरेंट सीगा ते ऑब्वियसली उत्थे गैस सिलेंडर होणा ही सी बिल्कुल बिल्कुल सो इस नुकसान नू देखदे हुंदे कि नुकसान ना होवे असी अपने घरां दी सुरक्षा भी करनी सी मार्केट दी सुरक्षा भी करनी सी सानू आप इह सारा कुछ अग भी बुझाई पर ए असी आस पास दे इलाके और इत्थे दे मकानां नू थोड़ा बचाण वास्ते कीता पर देखण च आया कि असी ते ए भला कीता कि लोकी सानू ही इत्थे हुण टारगेट ते लै रहे पर सानू उस गल दी परवाह नहीं है कि की क्यों लग रहा तुहानू टारगेट ते सानू इत्थे मेरे नाल मेरे भाई साहब ने डावर जी इन्हां ने भी बहुत इत्थे सहयोग कीता है इत्थे कम्युनिटी ने उन्होंने बचाया है इन्होंने भी तो भी पूछांगा आपका नाम कुलदीप कुमार हां जी क्या कहना चाहेंगे जी क्या माहौल माहौल यहाँ का इस समय शांति वातावरण का है जो हमें परसों तरसों कल देखा हमने वो बहुत ज्यादा बिगड़ा हुआ था लोग कहाँ से बाहर से आ रहे थे हमें नहीं पता अच्छा बाहर के लोग थे यहाँ मतलब यहाँ के नहीं थे ठीक है क्यों उन्होंने ऐसा माहौल बना दिया यहाँ पे हिंदू मुस्लिम बन करके मुसलमानों को तो यहाँ से निकाल दिया आज भी इस समय भी सारे हिंदू हैं यहाँ पे अब मुसलमान एक भी नहीं है यहाँ पे अच्छा अभी एक भी नहीं है यहाँ पे मुसलमान एक भी नहीं है मगर अब भी इस समय दहशत का माहौल है यहाँ पे हम लोग दुकान पे बैठे हुए और हमें दुकान खोलने में भी इस समय डर लग रहा है अच्छा। कि कब कोई आ जाए क्या हमारे संग हो जाए महेंद्र सिंह जी की तानू की लग रही टारगेट किया जा रहा है ये गल कर हाँ जी देखो जिस तरह मैं तुहानूं दस्सिया सी तकरीबन 60-70 इत्थों मुस्लिम वीरां दी जान बचाण वास्ते इत्थे उहनां नूं बेहतर जगह ते शिफ्ट कर कीता है भाई साहब ने भी इत्थों कुछ मुस्लिम कम्युनिटी दी मदद कीती है ते पता नहीं क्यों लोग समझते हैं कि असी कुछ बुरा कीता है पर सानूं ते मानस की जात सभ एक पहचान वो अपना गुरु साहब का जो सानू हुक्म है असी ते अपने ऐद नहीं कि भी मुस्लिम सीगे तां जे हिंदू होंदे कोई भी सारे वास्ते एक इंसान समझ के इंसान दी जान इंसानियत दा तकाजा इंसानियत दा फर्ज है जदों कश्मीरी पंडित गुरु तेग बहादुर साहब जी हिंदू धर्म दी रक्षा वास्ते इन्ना बलिदान दे सकदे आ ते असी नहीं ये देखते कि यह मुस्लिम कम्यूनिटी है या की है साढ़े वास्ते एक इंसानियत का साडा फर्ज सीगा असी उन्हां नूं सेफ जगह पर पहुँचाया पर कुछ लोग सोचते कि असी गलत किया है उस करके कुछ लोग सानू इत्थे टारगेट बना रहे हैं सानू लोगों के विच की अपील करना चाहोगे हुण जो इस समय माहौल मैं इत्थे यही अपील करना चाहवागा कि साढ़े इत्थे जो हुण जिस तरह माहौल है तकरीबन शांति है असी इस शांति नूं बरकरार रखने लिए एक दूजे दे नाल मिल के कोशिश करनी हैगी है एक दूजे दे नाल प्रेम प्यार नाल रहना सभे धर्म का सत्कार करना चाहिए हैगा है और इस माहौल नूं ठीक करन वास्ते एक दूजे दे नाल मिल के सानू रहना है ये राजनीति की लड़ाई है धर्म की लड़ाई नहीं हैगी मैं ये कहना चाहूँगा जी बिल्कुल आप क्या कहना चाहेंगे पूरी दिल्ली को यही कहना चाहूँगा हाथ जोड़ के कहना चाहूँगा सब शांति बनाए रखें हिंदू मुसलमान का झगड़ा ना करेंगे शांति पूरी बनाए रखें आप क्या बात है जी संगत जी बिल्कुल शांति की अपील जड़ी हैगी है सारे लोगों वालों क्योंकि कोई हिंदू भी नहीं चाहता कि इत्थे कोई ऐसी गल होवे कोई मुसलमान भी नहीं चाहता ऐसी कोई गल होवे सो इन मामलों के उपर जिहड़ा हैगा ताज़ा तुहानूं सारे हालातों के नाल असीं जानू करा रहे हैं तुसीं देख रहे हो अकाल चैनल वाहिगुरू जी का खालसा वाहिगुरू जी की फतह सो अज दी इस खास रिपोर्ट दे विच इन्ने मैनूं दिओ इजाजत तुसीं देखते रहो अकाल चैनल सत श्री अकाल
अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना।